ਹੈਲੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆ ਜੀ। ਸੋ ਮੈਂ ਤੁਹਾਡਾ ਆਪਣਾ ਅਮਰ ਸੰਧੂ, ਮੇਰੇ ਨਾਲ ਨੇ ਜੀ ਗਿਟਾਰ ਅਤੇ ਜਸਪ੍ਰੀਤ ਬੈਨ। ਸੋ ਬਹੁਤ ਹੀ ਇੱਕ ਸੋਹਣਾ ਲਿਖਣ ਵਾਲੇ ਰਾਈਟਰ ਨੇ ਜੀ, ਜਿਹਨਾਂ ਦਾ ਨਾਮ ਆ ਜੀ ਲਵਲੀ ਮੂਨ। ਉਹਨਾਂ ਦਾ ਲਿਖਿਆ ਇੱਕ ਗੀਤ ਮੈਂ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗਾ ਜੀ, ਸੁਣ ਕੇ ਜ਼ਰਾ। ਹੋ ਦਿਨ ਰਾਤ ਕੀਤਾ ਜੀ ਨੇ ਇੱਕ ਮੇਰੇ ਲਈ, ਹਾਂ ਪਲ ਵੀ ਨਾ ਬੈਠਾ ਜਿਹੜਾ ਟਿਕ ਮੇਰੇ ਲਈ। ਹੋ ਦਿਨ ਰਾਤ ਕੀਤਾ ਜੀ ਨੇ ਇੱਕ ਮੇਰੇ ਲਈ, ਹਾਂ ਪਲ ਵੀ ਨਾ ਬੈਠਾ ਜਿਹੜਾ ਟਿਕ ਮੇਰੇ ਲਈ। ਕਿੰਨੇ ਅਹਿਸਾਨ ਮੇਰੇ ਸਿਰ ਤੇ, ਸੋਚ ਸੋਚ ਅੱਖੋਂ ਹੰਝੂ ਚੋ ਗਿਆ। ਬਾਪੂ ਤੇਰੇ ਕਰਕੇ ਮੈਂ ਪੈਰਾਂ ਤੇ ਖਲੋ ਗਿਆ, ਸਾਈਕਲਾਂ ਤੇ ਗੱਡੀ ਤੇ ਮੈਂ ਗੱਡੀ ਜੋਗਾ ਹੋ ਗਿਆ। ਸੱਚ ਆਖਾਂ ਮੇਰੀ ਤਾਂ ਔਕਾਤ ਨਹੀਂ ਕਿ ਜਿੰਨਾ ਕੀਤਾ ਦੇਵਾਂ ਤੈਨੂੰ ਮੋੜ ਕੇ। ਮੰਗਦਾ ਹਾਂ ਤੇਰੀ ਤੰਦਰੁਸਤੀ ਸੱਚੇ ਰੱਬੇ ਅੱਗੇ ਦੋਵੇਂ ਹੱਥ ਜੋੜ ਕੇ। ਮੈਂ ਮੰਗਦਾ ਹਾਂ ਤੇਰੀ ਤੰਦਰੁਸਤੀ ਸੱਚੇ ਰੱਬੇ ਅੱਗੇ ਦੋਵੇਂ ਹੱਥ ਜੋੜ ਕੇ। ਮੇਰੇ ਹਿੱਸੇ ਦੇ ਵੀ ਦੁੱਖ ਸਿਰਾਂ ਨਾਲ ਸਹਿਦਾ, ਆਪਣੇ ਜੋ ਦਿਲਾਂ ਚ ਲੁਕੋ ਗਿਆ। ਬਾਪੂ ਤੇਰੇ ਕਰਕੇ ਮੈਂ ਪੈਰਾਂ ਤੇ ਖਲੋ ਗਿਆ, ਸਾਈਕਲਾਂ ਤੇ ਗੱਡੀ ਤੇ ਮੈਂ ਗੱਡੀ ਜੋਗਾ ਹੋ ਗਿਆ। ਚਾਚੇ ਤਾਏ ਭਾਵੇਂ ਲੱਖ ਹੋਣਗੇ, ਤੇਰੇ ਜਾ ਸਹਾਰਾ ਨਹੀਂ ਭਾਲਦਾ। ਕੱਲਾ ਕੱਲਾ ਦਿਨ ਅਹਿਸਾਨ ਮੇਰੇ ਤੇ ਲਵਲੀ ਸ਼ਦਾਈ ਜਿੰਨੇ ਸਾਲਦਾ। ਕੱਲਾ ਕੱਲਾ ਦਿਨ ਅਹਿਸਾਨ ਮੇਰੇ ਤੇ ਲਵਲੀ ਸ਼ਦਾਈ ਜਿੰਨੇ ਸਾਲਦਾ। ਸੁਪਨਾ ਸੀ ਆਇਆ ਰਾਤੀ ਪਿੰਡ ਪਹੁੰਚ ਗਿਆ, ਬੜੀ ਬੇਫਿਕਰੀ ਨਾ ਸੌ ਗਿਆ। ਬਾਪੂ ਤੇਰੇ ਕਰਕੇ ਮੈਂ ਪੈਰਾਂ ਤੇ ਖਲੋ ਗਿਆ, ਸਾਈਕਲਾਂ ਤੇ ਗੱਡੀ ਤੇ ਮੈਂ ਗੱਡੀ ਜੋਗਾ ਹੋ ਗਿਆ। ਹੋ ਬਾਪੂ ਤੇਰੇ ਕਰਕੇ ਮੈਂ ਪੈਰਾਂ ਤੇ ਖਲੋ ਗਿਆ, ਸਾਈਕਲਾਂ ਤੇ ਗੱਡੀ ਤੇ ਮੈਂ ਗੱਡੀ ਜੋਗਾ ਹੋ ਗਿਆ।